ਪਲਾਉਣੀ ਬੋਲੀ ਹੈ ਪੰਜਾਬੀ ਸਾਡੀ ਅਸੀਂ ਨਹੀਂ ਪਲਾਉਣੀ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਕਰਨਜੀਤ ਕੌਰ ਹੈ ਮੈਂ ਸ਼ਹੀਦ ਅਜੀਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਕੋਟ ਧਰਮਚੰਦ ਕਲਾਂ ਦੀ ਵਿਦਿਆਰਥਣ ਹਾਂ ਮੈਂ ਅੱਜ ਮਾਂ ਬੋਲੀ ਬਾਰੇ ਆਪਣੇ ਵਿਚਾਰ ਉਹਨਾਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੀ ਹਾਂ ਜੋ ਮਾਂ ਬੋਲੀ ਬੋਲਦਿਆਂ ਸ਼ਰਮ ਮਹਿਸੂਸ ਕਰਦੇ ਹਨ ਤੇ ਦੂਜੀਆਂ ਭਾਸ਼ਾਵਾਂ ਬੋਲਦਿਆਂ ਫਕਰ ਮਹਿਸੂਸ ਕਰਦੇ ਹਨ ਇਹ ਪੰਜਾਬੀਓ ਸਾਡੀ ਮਾਂ ਬੋਲੀ ਹੈ ਪੰਜਾਬੀ ਇਹ ਪੰਜਾਬੀਓ ਸਾਡੀ ਮਾਂ ਬੋਲੀ ਹੈ ਪੰਜਾਬੀ ਜਨਮ ਤੋਂ ਬਾਅਦ ਜਿਸ ਭਾਸ਼ਾ ਵਿੱਚ ਆਦਮੀ ਆਪਣੀ ਮਾਂ ਤੋਂ ਲੋਰੀਆਂ ਸੁਣਦਾ ਹੈ ਹੋਰਨਾਂ ਨਾਲ ਵਿਚਾਰ ਸਾਂਝੇ ਕਰਦਾ ਹੈ ਆਪਣੀ ਤੋਤਲੀ ਜ਼ਬਾਨ ਤੋਂ ਬੋਲਣਾ ਸਿੱਖਦਾ ਹੈ ਇਸ ਨੂੰ ਅਸੀਂ ਮਾਂ ਬੋਲੀ ਕਹਿੰਦੇ ਹਾਂ ਜਿਵੇਂ ਮਾਂ ਦਾ ਦਰਜਾ ਦੂਸਰੀ ਔਰਤ ਨਹੀਂ ਲੈ ਸਕਦੀ ਇਸੇ ਤਰ੍ਹਾਂ ਸਾਡੀ ਮਾਂ ਬੋਲੀ ਭਾਸ਼ਾ ਦਾ ਦਰਜਾ ਜਾਂ ਸਥਾਨ ਕੋਈ ਹੋਰ ਭਾਸ਼ਾ ਨਹੀਂ ਲੈ ਸਕਦੀ ਜਿਵੇਂ ਸਾਨੂੰ ਜੇ ਵਿਅਕਤੀ ਨੂੰ ਉਸ ਦੀਆਂ ਜੜ੍ਹਾਂ ਤੋਂ ਵੱਖ ਕਰਨਾ ਹੋਵੇ ਤਾਂ ਉਸ ਕੋਲੋਂ ਉਸ ਦੀ ਮਾਂ ਬੋਲੀ ਖੋ ਲਵੋ ਤਾਂ ਉਹ ਆਪੇ ਹੀ ਆਪਣੀ ਹੌਲੀ ਹੌਲੀ ਪਹਿਚਾਣ ਭੁੱਲ ਜਾਵੇਗਾ ਕੀ ਪੰਜਾਬੀਓ ਤੁਸੀਂ ਇੰਜ ਕਰਨਾ ਚਾਹੋਗੇ ਜੇ ਨਹੀਂ ਤਾਂ ਆਓ ਆਪਣੀ ਮਾਂ ਬੋਲੀ ਨੂੰ ਆਪਣੀ ਮਾਂ ਜਿਹਾ ਪਿਆਰ ਸਤਿਕਾਰ ਦਾ ਦਰਜਾ ਦੇਈਏ ਕਿਸੇ ਨੂੰ ਖੂਬ ਕਿਹਾ ਹੈ ਮਾਂ ਬੋਲੀ ਜੇ ਭੁੱਲ ਜਾਵਾਂਗੇ ਮਾਂ ਬੋਲੀ ਜੇ ਭੁੱਲ ਜਾਵੋਗੇ ਕੱਖਾਂ ਵਾਂਗੂ ਰੁੱਲ ਜਾਵੋਗੇ ਕੱਖਾਂ ਵਾਂਗੂ ਰੁੱਲ ਜਾਵੋਗੇ ਅੱਜ ਕੱਲ੍ਹ ਦੇ ਪੜ੍ਹੇ ਲਿਖੇ ਲੋਕ ਤਾਂ ਇਹ ਸੋਚਦੇ ਨੇ ਕਿ ਇਹ ਬੋਲੀ ਗਵਾਰਾਂ ਦੀ ਬੋਲੀ ਹੈ ਜੇਕਰ ਅਸੀਂ ਇਸ ਭਾਸ਼ਾ ਵਿੱਚ ਬੋਲਾਂਗੇ ਤਾਂ ਅਨਪੜ੍ਹ ਲੱਗਾਂਗੇ ਪਰ ਇਹਨਾਂ ਪੜ੍ਹਿਆ ਲਿਖਿਆ ਨੂੰ ਕੋਈ ਇਹ ਪੁੱਛੇ ਕਿ ਇਹਨਾਂ ਮਹਾਨ ਵੱਡੇ ਕਵੀਆਂ ਨੇ ਆਪਣੀਆਂ ਰਚਨਾਵਾਂ ਪੰਜਾਬੀ ਵਿੱਚ ਰਚੀਆਂ ਹਨ ਮਾਣ ਨਾਲ ਕਹੋ ਪੰਜਾਬੀ ਹਾਂ ਅਸੀਂ ਸਾਡੀ ਬੋਲੀ ਹੈ ਪੰਜਾਬੀ ਮਾਣ ਨਾਲ ਕਹੋ ਪੰਜਾਬੀ ਹਾਂ ਅਸੀਂ ਸਾਡੀ ਬੋਲੀ ਹੈ ਪੰਜਾਬੀ ਸਾਥੀਓ ਮਿੱਠੀ ਬੋਲੀ ਹੈ ਪੰਜਾਬੀ ਫਖਰ ਨਾਲ ਕਹੋ ਸਾਡੀ ਮਾਂ ਬੋਲੀ ਹੈ ਪੰਜਾਬੀ ਹੋਰ ਭਾਸ਼ਾਵਾਂ ਵੀ ਵਧੀਆ ਹਨ ਪੜ੍ਹਨੀਆਂ ਚਾਹੀਦੀਆਂ ਲਿਖਣੀਆਂ ਚਾਹੀਦੀਆਂ ਇਹਨਾਂ ਨਾਲ ਸਾਡਾ ਗਿਆਨ ਵੱਧਦਾ ਪਰੰਤੂ ਇਹ ਗੱਲ ਹਮੇਸ਼ਾ ਯਾਦ ਰੱਖੋ ਬੋਲੀ ਹੈ ਪੰਜਾਬੀ ਹੈ ਬੋਲੀ ਸਾਡੀ ਪੰਜਾਬੀ ਹੈ ਬੋਲੀ ਸਾਡੀ ਅਸੀਂ ਨਹੀਂ ਭੁਲਾਉਣੀ ਧੰਨਵਾਦ